ਮੈਂ ਕਿਸਾਨ ਮਜ਼ਦੂਰ ਸ਼ਗਰਸ਼ ਕਮੇਟੀ ਦਾ ਸੂਬਾ ਜਨਰਲ ਸਕੱਤਰ ਸਰਬੰਸ ਸਿੰਘ ਪੰਦੇਰ ਬੋਲਦਾ ਜੀ ਜਿਹੜਾ ਦਿੱਲੀ ਪੁਲਿਸ ਫੋਰਸ ਵੱਲੋਂ ਰੂਟ ਬਣਾ ਕੇ ਦਿੱਤਾ ਗਿਆ ਅਸੀਂ ਮੋਦੀ ਸਰਕਾਰ ਦੇ ਇਸ ਰੂਟ ਤੋਂ ਸਹਿਮਤ ਨਹੀਂ ਹਾਂਗੇ ਅਸੀਂ 26 ਜਨਵਰੀ ਦਾ ਗਨਰਾਜ ਦਿਹਾੜਾ ਬਿਲਕੁਲ ਪੀਸਫੁਲੀ ਅਮਨ ਅਮਨ ਤਰੀਕ ਨਾਲ ਕਰਾਂਗੇ ਤੇ ਜਿਹੜਾ ਪਹਿਲੋਂ ਸਾਂਝਾ ਐਲਾਨ ਸੰਯੁਕਤ ਮੋਰਚੇ ਤੋਂ ਉਹਦੀਆਂ ਤਾਲਮੇਲ ਵਾਲੀਆਂ ਜਥੇਬੰਦੀਆਂ ਨੇ ਕੀਤਾ ਸੀ ਅਸੀਂ ਉਸੇ ਰੂਟ ਦੇ ਅਨੁਸਾਰ ਉਸ ਰਿੰਗ ਰੋਡ ਤੇ ਜੜਾਵਾ ਉਹ ਟ੍ਰੈਕਟਰ ਪਰੇਟ ਕਰਾਂਗੇ ਅਸੀਂ ਸਰਕਾਰ ਦੇ ਕਿਸੇ ਦਬਾਅ ਚ ਆ ਕੇ ਕੋਈ ਇਹੋ ਜਿਹਾ ਫੈਸਲਾ ਨਹੀਂ ਕਰਨਾ ਚਾਹੁੰਦੇ ਸੋ ਸਾਡਾ ਡੈਮੋਕਰੇਸੀ ਵਿੱਚ ਆਪ ਦਾ ਪ੍ਰੋਗਰਾਮ ਕਰਨ ਦਾ ਹੱਕ ਆ ਦੋਰੇ ਰਿਪੀਟ ਕਰਦੇ ਆ ਕਿਸੇ ਕਿਸਮ ਦੇ ਸਮਾਰਕ ਤੇ ਜੜੀ ਪਰੇਟ ਸਰਕਾਰ ਨੇ ਕਰਨੀਆਂ ਉਹ ਪਰੇਡ ਆਪਣੇ ਹਿਸਾਬ ਨਾਲ ਕਾਰਨ ਉਹਨੂੰ ਡਿਸਟਰਬ ਕਰਨ ਦਾ ਉਧਰ ਜਾਣ ਦਾ ਆਪਣਾ ਕੋਈ ਇਰਾਦਾ ਨਹੀਂ ਨਾ ਲਾਲਕਿਲੇ ਤੇ ਨਾ ਕੋਈ ਸਮਾਰਕ ਜਿਹੜਾ ਉੱਤੇ ਕਬਜ਼ਾ ਲੈਣ ਦਾ ਨਾ ਕੋ ਹਥਿਆਰ ਲੈ ਕੇ ਚੱਲਾਂਗੇ ਆਪਣੀ ਟ੍ਰੈਕਟਰ ਪਰੇਡ ਕਰਨ ਤੋਂ ਬਾਅਦ ਮਿੱਥੇ ਆਪਣੇ ਪ੍ਰੋਗਰਾਮ ਆਪਣੇ ਸਟੇਜ ਤੇ ਵਾਪਸ ਆਵਾਂਗੇ ਪਰ ਜੋ ਐਲਾਨ ਪਹਿਲਾਂ ਹੋਇਆ ਸੀ ਉਹਦੇ ਤੇ ਹੀ ਆਪਾਂ ਜੜੇ ਆ ਉੱਤੇ ਹੀ ਨਿਰਭਰ ਕਰਦੇ ਹਾਂ ਉਹਦੇ ਤੇ ਹੀ ਕਾਇਮ ਆ ਸੋ ਅੱਜ 10 ਵਜੇ ਦਿੱਲੀ ਪੁਲਿਸ ਫੋਰਸ ਨਾਲ ਸਾਡੀ ਮੀਟਿੰਗ ਹੋਣ ਜਾ ਰਹੀ ਆ ਇਹ ਤੋਂ ਬਾਅਦ ਕੀ ਬੰਦਾ ਫਿਰ ਸ਼ਾਮ ਨੂੰ ਪ੍ਰੈਸ ਕਾਨਫਰੰਸ ਕਰਾਂਗੇ ਸਾਰੇ ਪ੍ਰੈਸ ਵਾਲਿਆਂ ਨੂੰ ਅਸੀਂ ਉਦੋਂ ਬਾਅਦ ਇਹ ਸਾਰਾ ਪ੍ਰੋਗਰਾਮ ਆਪਣਾ ਜਿਹੜਾ ਉਹ ਦੱਸ ਦਿਆਂਗੇ ਮੈਂ ਪੰਜਾਬ ਦੇ ਨੌਜਵਾਨਾਂ ਅੱਗੇ ਹੱਥ ਜੋੜ ਕੇ ਚੋਲੀ ਅਡਣਾ ਚੁੰਨਾ ਪਹਿਲੋ ਵੀ ਸਾਡੀਆਂ ਤੁਸੀਂ ਝੋਲੀਆਂ ਭਰੀਆਂ ਹੁਣ ਵੀ ਭਰੋਗੇ ਭਰਾਓ ਸਰਕਾਰ ਦੀ ਟਿੱਲ ਲੱਗੀ ਆ ਕੋਈ ਨਾ ਕੋਈ ਬਹਾਨਾ ਭਾਲ ਕੇ ਉਹ ਕੋਈ ਸ਼ਰਾਰਤ ਕਰਾਉਣਾ ਚੁੰਦੀ ਆ ਜਦੋਂ ਅਸੀਂ ਉਸ ਰਿੰਗ ਰੋਡ ਤੇ ਟਰੈਕਟਰ ਪਰੇਡ ਦਾ ਆਪਾਂ ਮੰਗ ਕਰ ਰਹੇ ਹਾਂ ਸਾਨੂੰ ਕੀਤੀ ਜਾਵੇ ਸਾਨੂੰ ਬਦਨਾਮ ਕੀਤਾ ਜਾਹੂ ਸਾਡੇ ਤੇ ਲਾਸ਼ਾਂ ਲਾਏ ਜਾਣਗੇ ਸੋ ਮੈਨੂੰ ਪਤਾ ਤੁਸੀਂ ਜਾਗਦੇ ਰਹੋ ਅੱਜ ਦੀ ਦਿਨ ਰੈਡ ਅਲਰਟ ਕਰ ਦਿਓ ਇਹ ਰਾਖੀ ਕਰਨੀ ਆ ਔਰ ਇਸ ਵੱਡੇ ਦੁਨੀਆ ਦੇ ਵੱਡੇ ਪ੍ਰੋਗਰਾਮ ਨੂੰ ਜਿਹੜਾ ਇਤਿਹਾਸਕ ਹੋਏਗਾ ਉਹਨੂੰ ਅਮਨ ਅਮਨ ਅਨਾਨ ਨਾ ਕਰਨ ਤੋਂ ਬਾਅਦ ਵਾਪਸ ਆ ਕੇ ਮੋਦੀ ਸਰਕਾਰ ਦੀਆਂ ਜੜਾਂ ਹਲਾਜਣਗੇ ਪ੍ਰਭੋ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਨਾਂ ਤੁਸੀਂ ਕਹਿਲੋਂ ਵੀ ਕਦੀ ਬਦਨਾਮ ਨਹੀਂ ਹੁੰਤਾ ਹੁਣ ਵੀ ਨਾ ਹੁੰਦੋਗੇ ਸਭ ਤੋਂ ਅੱਗੇ ਇਸ ਪਰੇਡ ਦੇ ਵਿੱਚ ਅਸੀਂ ਹੋਵਾਂਗੇ ਅਸੀਂ ਆਪਣੇ ਟਰੈਕਟਰ ਤੇ ਪੱਕਾ ਕੈਡਰ ਕਰਾਂਗੇ ਸਾਡੇ ਜਾਪਤੇ ਨੂੰ ਜਰੂਰ ਹੱਥ ਜੋੜ ਕੇ ਬੇਨਤੀ ਆ ਮੰਨਿਓ ਸੋ ਇਸ ਕਰਕੇ ਪੁਰ ਆਮਨ ਤਰੀਕੇ ਨਾਲ ਪਰੇਡ ਕਰਕੇ ਮਿੱਥੇ ਪ੍ਰੋਗਰਾਮ ਦੇ ਮੁਤਾਬਕ ਤੇ ਫਿਰ ਆਪਣੇ ਟਰੈਕਟਰ ਆਪਣੇ ਨਿਸ਼ਾਨੇ ਤੇ ਵਾਪਸ ਆਵਾਂਗੇ ਅਰ ਸਰਕਾਰ ਨੂੰ ਜਿਹੜੇ ਲਾਸ਼ ਲੰਦੀ ਆ ਵੀ ਐ ਕਰ ਦਣਗੇ ਆਉਂ ਕਰ ਦਣਗੇ ਅਜਿਹੋ ਜਿਹਾ ਕੁਛ ਨਹੀਂ ਹੁੰਦਾਂਗੇ ਆਪਣੇ ਘੋਲ ਦੀ ਰਾਖੀ ਕਰਨੀ ਜੇ ਆਪਣੇ ਘਰੋਂ ਨੂੰ ਬਚਾ ਕੇ ਚੱਲਣਾ ਦੇ ਤੇ ਪ੍ਰੋਗਰਾਮ ਕਰਕੇ ਸਰਕਾਰ ਦੇ ਮੂੰਹ ਤੇ ਚਪੇੜ ਵੀ ਮਾਰਨੀ ਜੇ ਧੰਨਵਾਦ